ਉਹਦੇ ਦਰ ਤੇ ਚੱਲ ਕੇ ਮੈਂ ਮਨਮੋਹਨ ਸਿੰਘ ਰਾਜੂ, ਕੌਂਸਲਰ ਵਾਰਡ ਨੰਬਰ 16। ਮੈਂ ਅੱਜ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੀ 646ਵਾਂ ਗੁਰਪੁਰਬ ਪੂਰੇ ਹਿੰਦੁਸਤਾਨ ਦੇ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸਾਰੀ ਸੰਗਤ ਰਲ ਮਿਲ ਕੇ ਮਨਾ ਰਹੀ ਹੈ, ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਰਵਿਦਾਸ ਮਹਾਰਾਜ ਆਉਣ ਵਾਲਾ ਸਮਾਂ ਜਿੰਨਾ ਵੀ ਸੰਗਤ ਦਾ ਹੋਵੇ, ਭਾਗਾਂ ਭਰਿਆ ਸਮਾਂ ਹੋਵੇ, ਸਾਰਿਆਂ ਦੇ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਗੁਰੂ ਮਹਾਰਾਜ ਦਾ ਸਾਰਿਆਂ ਦੇ ਉੱਪਰ ਅਸ਼ੀਰਵਾਦ ਹੋਵੇ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇੱਕ ਚੀਜ਼ ਸਿਖਾਈ ਹੈ ਕਿ ਮਨੁੱਖਤਾ ਦੀ ਸੇਵਾ ਹੀ ਅਸਲ ਦੇ ਵਿੱਚ ਪਰਮਾਤਮਾ ਦੀ ਸੇਵਾ ਹੈ। ਜੇ ਅਸੀਂ ਮਨੁੱਖਤਾ ਦੀ ਸੇਵਾ ਨੂੰ ਸਮਝਾਂਗੇ, ਸਹੀ ਤਰੀਕੇ ਨਾਲ ਕਰਾਂਗੇ, ਤਾਂ ਸਮਝ ਲਓ ਅਸੀਂ ਪਰਮਾਤਮਾ ਦੀ ਸੇਵਾ ਕਰ ਦਿੱਤੀ। ਸੋ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਦੇ ਵੱਲੋਂ, ਆਪਣੇ ਸਾਥੀਆਂ ਵੱਲੋਂ, ਆਪਣੀ ਕਾਂਗਰਸ ਪਾਰਟੀ ਵੱਲੋਂ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਇੱਕ ਵਾਰ ਫਿਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸਾਰਿਆਂ ਦੇ ਉੱਤੇ ਆਪਣਾ ਮਿਹਰ ਭਰਿਆ, ਪਿਆਰ ਭਰਿਆ, ਤਰਸ ਭਰਿਆ, ਰਹਿਮਤ ਭਰਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਆਪਣਾ ਹੱਥ ਰੱਖਣ ਔਰ ਸਾਰਿਆਂ ਦੇ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਜੈ ਜੇ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਸਮੂਹ ਇਲਾਕਾ ਵਾਸੀਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ। ਮੈਂ ਆਪਣੇ ਛੋਟੇ ਵੀਰਾਂ ਔਰ ਵੱਡੇ ਵੀਰਾਂ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੋ ਕਿ ਅੱਜ ਸਮੇਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਆ, ਆਪਣੇ ਵੱਡੇ ਛੋਟੇ ਪਰਿਵਾਰਾਂ ਨੂੰ, ਸਾਰਿਆਂ ਨੂੰ, ਵੀਰਾਂ ਨੂੰ ਮੈਂ ਇਹ ਕਹਿ ਰਿਹਾ ਕਿ ਨਸ਼ੇ ਤੋਂ ਆਪਣਾ ਇਲਾਕਾ ਮੁਕਤ ਬਣਾਓ ਔਰ ਗੁਰਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਗੁਰੂ ਮਹਾਰਾਜ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜੈ ਗੁਰਦੇਵ, ਧੰਨ ਗੁਰਦੇਵ। ਸਭ ਤੋਂ ਪਹਿਲਾਂ ਮੈਂ ਫਰੰਟ ਲਾਈਨ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿਹਾ ਕਿ ਸਾਰੇ ਹੀ ਸਾਡੇ ਜੋ ਗੁਰਪੁਰਬ ਦਾ ਪ੍ਰੋਗਰਾਮ ਚੱਲ ਰਿਹਾ ਕਵਰਿੰਗ ਕੀਤੀ ਹੈ, ਔਰ ਉਸ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਦੇਖੋ ਕਿੱਡਾ ਸਭ ਤੋਂ ਪਹਿਲੇ ਨੰਬਰ 'ਤੇ ਬੂਟਾ ਮੰਡੀ ਵਾਲਾ ਗੁਰਪੁਰਬ ਮਨਾਇਆ ਜਾਂਦਾ, ਨਗਰ ਕੀਰਤਨ ਮਨਾਇਆ, ਉਸ ਤੋਂ ਦੂਜੇ ਨੰਬਰ 'ਤੇ ਪਿੰਡ ਚਵਿੱਟੀ ਦਾ ਜੋ ਕਿ ਮੰਨਿਆ ਗਿਆ, ਬੜੇ ਹੀ ਧੂਮਧਾਮ ਨਾਲ ਮਨਾਉਂਦੇ ਹਾਂ, ਬੜੇ ਹੀ ਧੂਮਧਾਮ ਨਾਲ ਮਨਾਉਂਦੇ ਰਵਾਂਗੇ, ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਜਿੰਨੇ ਵੀ ਸਾਡੇ ਬੱਚੇ ਉਹਨਾਂ ਨੂੰ ਵੀ ਕਹਿੰਦੇ ਅੱਗੇ ਤੋਂ ਸਾਰੇ ਹੀ ਆਪਣੇ ਜੋ ਵੀ ਹੈਗਾ ਜਿੱਦਾਂ ਗੁਰਪੁਰਬ ਦਾ ਹੈ ਪ੍ਰੋਗਰਾਮ ਸਾਰੇ ਹੀ ਰਲ ਮਿਲ ਕੇ ਹੀ ਕਰਨਾ ਚਾਹੀਦਾ, ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਜੈ ਭੀਮ, ਜੈ ਭਾਰਤ। ਕਹਿਣਾ ਚਾਹੁੰਦੇ ਹਾਂ ਬਈ ਗੁਰਪੁਰਬ ਬਹੁਤ ਹੀ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ ਔਰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਆ। ਪਿੰਡ ਚਗਿੱਟੀ ਨੌਜਵਾਨ ਸਭਾ ਵੱਲੋਂ ਵੀ ਬਹੁਤ ਧੂਮਧਾਮ ਨਾਲ ਮਨਵਾਇਆ ਜਾ ਰਿਹਾ ਆ। ਅਸੀਂ ਸ਼ੁਕਰ ਗੁਜ਼ਾਰ ਹਾਂ ਸੰਗਤਾਂ ਦੇ, ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ। ਜੈ ਗੁਰੂ ਦੇਵ, ਧੰਨ ਗੁਰੂ ਦੇਵ। ਬੋਲੇ ਸੋ ਨਿਰਭੈ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ। ਅੱਜ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਜਲੰਧਰ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਚਗਿੱਟੀ ਵੱਲੋਂ ਜਿਹੜਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਗੁਰਪੁਰਬ 'ਤੇ, ਮੇਰੇ ਵੱਲੋਂ ਅਤੇ ਮੇਰੇ ਨਾਲ ਅਨਿਲ ਸੱਚਰ ਜੀ, ਸਾਡੇ ਭਾਰਤੀ ਜਨਤਾ ਪਾਰਟੀ ਦੇ ਸਕੱਤਰ ਪੰਜਾਬ, ਨਾਲ ਪਰਵਿੰਦਰ ਕੁਮਾਰ ਜੀ ਵਾਲੀਆ ਜੀ, ਨਾਲ ਰਾਜਕੁਮਾਰ ਜੋਗੀ, ਸਮੁੱਚੀ ਟੀਮ, ਅਸੀਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ।
ਪਰਮਾਤਮਾ ਇੱਦਾਂ ਚੜ੍ਹਦੀ ਕਲਾ ਬਖਸ਼ੇ, ਆਪਸੀ ਭਾਈਚਾਰਾ ਵਧੇ, ਨੌਜਵਾਨ ਪੜ੍ਹਾਈ ਵੱਲ ਲੱਗਣ, ਨਸ਼ਿਆਂ ਨੂੰ ਛੱਡਣ। ਗੁਰੂ ਰਵਿਦਾਸ ਮਹਾਰਾਜ ਦਾ ਆਸ਼ੀਰਵਾਦ ਇੱਦਾਂ ਬਣਿਆ ਰਹੇ। ਮੈਂ ਆਪਣੇ ਵੱਲੋਂ ਫਿਰ ਇੱਕ ਵਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ, ਲੱਖ ਲੱਖ ਵਧਾਈ। ਬੋਲੇ ਸੂਰ ਨਿਰਪੈਰ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ। ਸਭਾ ਚੁਗਿੱਟੀ ਵੱਲੋਂ ਅੱਜ 646ਵਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮਦਿਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ। ਮੈਂ ਪੂਰੇ ਦੇਸ਼ ਵਾਸੀਆਂ ਨੂੰ, ਵਿਸ਼ੇਸ਼ ਤੌਰ ਦੇ ਉੱਤੇ ਚੁਗਿੱਟੀ ਨਿਵਾਸੀਆਂ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜਨਮ ਜਯੰਤੀ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ। ਜਿਸ ਭਾਵਨਾ ਦੇ ਨਾਲ ਇਹ ਸਾਰੀ ਸਮੂਹ ਸੰਗਤ ਜਿਹੜੀ ਹੈ ਇਸ ਸ਼ੋਭਾ ਯਾਤਰਾ ਅੰਦਰ ਸ਼ਾਮਿਲ ਹੋਈ ਹੈ, ਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰਨ ਕਰਨ। ਜੈ ਗੁਰੂ ਰਵਿਦਾਸ ਜੀ। ਜੈ ਗੁਰੂ ਰਵਿਦਾਸ, ਜੈ ਵਾਲਮੀਕੀ, ਜੈ ਭੀਮ, ਜੈ ਭਾਰਤ। ਮੈਂ ਭਗਵਾਨ ਵਾਲਮੀਕੀ ਉਸ ਕਮੇਟੀ ਦਾ ਜਨਰਲ ਸਕੱਤਰ ਜਤਿੰਦਰ ਨਿੱਕਾ। ਅੱਜ ਜੋ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਗਟ ਦੇ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਗਈ ਚਗਿੱਟੀ ਨਿਵਾਸੀ ਵੱਲੋਂ, ਅਤੇ ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ ਮਨਮੋਹਨ ਸਿੰਘ ਰਾਜੂ ਜੀ ਕੌਂਸਲਰ ਸਾਹਿਬ ਅਤੇ ਮੇਰੇ ਨੀਟਾ ਵੀਰ ਜੀ, ਉਹਨਾਂ ਸਮੁੱਚੀ ਟੀਮ ਨੇ ਵੱਖ ਵੱਖ ਤਰੀਕੇ ਦਾ ਲੰਗਰ ਲਗਾਇਆ ਪਿੰਡ ਵਿੱਚ। ਮੈਂ ਅੱਜ ਇਸ ਮੌਕੇ 'ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ, ਅਤੇ ਇਹੀ ਬੇਨਤੀ ਕਰਾਂਗਾ ਸਭ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਪੜ੍ਹਾਏ ਲਿਖਾਉਣ ਅਤੇ ਬਾਬਾ ਜੀ ਦੇ ਸਾਹਿਬ ਦੇ ਨਿਰਦੇਸ਼ਾਂ 'ਚ ਚਲਾਉਣ। ਇਹਨਾਂ ਇੱਕ ਨਾ ਜੈ ਭੀਮ, ਜੈ ਭਾਰਤ, ਜੈ ਗੁਰੂ ਰਵਿਦਾਸ, ਜੈ ਵਾਲਮੀਕੀ, ਹਰ ਹਰ ਵਾਲਮੀਕੀ।